डिफाइन कर सकते हैं फर्स्ट क्वेश्चन ਦੇ ਵਿੱਚ ਹਾਊ ਮੈਨੀ ਡਿਫਰੈਂਟ ਰਿਲੇਸ਼ਨ ਕੈਨ ਬੀ ਡਿਫਾਈਨਡ ਔਨ ਅ ਸੈਟ A ਵਿਦ n ਐਲੀਮੈਂਟਸ A ਸੈਟ ਦੇ ਵਿੱਚ n ਨੰਬਰ ਆਫ ਐਲੀਮੈਂਟਸ ਹੈ ਤਾਂ ਕਿੰਨੇ ਰਿਲੇਸ਼ਨਸ ਅਸੀਂ ਡਿਫਾਈਨ ਕਰ ਸਕਦੇ ਹੁਣ ਦੇਖੋ R ਦੀ ਜਿਹੜੀ ਡੈਫੀਨੇਸ਼ਨ ਸੀਗੀ ਜੋ ਆਪਣੀ ਪਹਿਲੀ ਹੋਈ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤੀ R ਇਸ ਇਜ਼ ਅ ਸਬਸੈਟ ਆਫ A ਕ੍ਰਾਸ A ਪੜਿਆ ਸੀਗਾ ਇਹ ਸਾਰਿਆਂ ਨੇ ਨਾ ਜਿਹੜਾ ਰਿਲੇਸ਼ਨ ਹੁੰਦਾ ਹੈ ਉਹ A ਕ੍ਰਾਸ A ਦਾ ਸਬਸੈਟ ਹੁੰਦਾ ਹੈ ਕਿਸੇ ਵੀ ਸੈਟ ਦੇ ਉੱਪਰ ਜੇ ਅਸੀਂ ਰਿਲੇਸ਼ਨ ਬਣਾਉਂਦੇ ਹਾਂ ਹੁਣ A ਕ੍ਰਾਸ A ਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ ਇਹ ਵੀ ਮੈਂ ਤੁਹਾਨੂੰ ਦੱਸਿਆ ਸੀ A ਕ੍ਰਾਸ A ਦੇ ਨੰਬਰ ਆਫ ਐਲੀਮੈਂਟਸ ਹੋਣਗੇ ਨੰਬਰ ਆਫ ਐਲੀਮੈਂਟਸ ਇਨ A ਇਨਟੂ ਨੰਬਰ ਆਫ ਐਲੀਮੈਂਟਸ ਇਨ A ਤੇ A ਦੇ ਵਿੱਚ ਆਪਾਂ ਨੂੰ n ਐਲੀਮੈਂਟਸ ਗਿਵਨ ਹੈ ਤਾਂ ਇਸ ਕਰਕੇ A ਕ੍ਰਾਸ A ਦੇ ਵਿੱਚ ਕਿੰਨੇ ਐਲੀਮੈਂਟਸ ਹੋਗੇ n² ਸਮਝ ਆ ਰਹੀ ਹੈ ਮੇਰੀ ਗੱਲ ਸਰ ਸਤਿ ਸ਼੍ਰੀ ਅਕਾਲ ਬੇਟਾ ਸਮਝ ਆ ਰਹੀ ਹੈ ਇਹ ਗੱਲ ਕੁਐਸਚਨ ਹੈ ਹਾਊ ਮੈਨੀ ਡਿਫਰੈਂਟ ਰਿਲੇਸ਼ਨ ਕੈਨ ਬੀ ਡਿਫਾਈਨਡ ਔਨ ਅ ਸੈਟ A ਵਿਦ n ਐਲੀਮੈਂਟਸ ਠੀਕ ਹੈ ਤਾਂ R ਸਬਸੈਟ ਹੁੰਦਾ A ਕ੍ਰਾਸ A ਦਾ ਤੇ A ਕ੍ਰਾਸ A ਦੇ ਨੰਬਰ ਆਫ ਐਲੀਮੈਂਟਸ A ਨੋਟੇਸ਼ਨ ਹੈ ਜਿਹੜੀ ਨੰਬਰ ਆਫ ਐਲੀਮੈਂਟਸ ਦੇ ਕਿੰਨੇ ਹੁੰਦੇ ਆ ਨੰਬਰ ਆਫ ਐਲੀਮੈਂਟਸ ਇਨ A ਇਨਟੂ ਨੰਬਰ ਆਫ ਐਲੀਮੈਂਟਸ ਇਨ A ਦੈਟ ਇਜ਼ n ਇਨਟੂ n² ਤਾਂ A ਕ੍ਰਾਸ A ਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟਸ ਆ ਉਹ n² ਹੈ ਠੀਕ ਹੈ ਆ ਪਹਿਲੀ ਲਾਈਨ ਲਿਖੀ ਹੈ ਰਿਲੇਸ਼ਨ ਔਨ ਅ ਸੈਟ A ਇਜ਼ ਅ ਸਬਸੈਟ ਆਫ A ਕ੍ਰਾਸ A ਆ ਵਾਲੀ ਲਾਈਨ ਦਾ ਮਤਲਬ ਹੁੰਦਾ देयर आर n स्क्वायर एलिमेंट्स इन a क्रॉस ठीक है n स्क्वायर एलिमेंट्स इन a क्रॉस सो हाउ मेनी सबसेट्स रिलेशंस ऑन a डज a क्रॉस a है तो इसका मतलब r क्योंकि a क्रॉस a का सबसेट है तो जितने a क्रॉस a के पॉसिबल सबसेट बन सकते हैं उतने रिलेशंस ਅਸੀਂ ਡਿਫਾਈਨ ਕਰ ਸਕਦੇ ਤੇ ਸਾਨੂੰ ਪਤਾ ਹੈ ਕਿ ਕਿਸੇ ਵੀ ਸੈਟ ਦੇ ਵਿੱਚ ਅਗਰ m ਨੰਬਰ ਆਫ ਐਲੀਮੈਂਟਸ ਹੋਣ ਤਾਂ ਉਹਦੇ ਨੰਬਰ ਆਫ ਸਬਸੈਟਸ ਹੁੰਦੇ ਆ 2 ਰੈਸਟ ਪਾਵਰ n ਪਤਾ ਨਾ ਸਾਰਿਆਂ ਨੂੰ अगर किसी सेट च एम एलीमेंट्स हैं तो पॉसिबल सबसेट्स होंगे 2 रेस्ट पावर तो हूँ अपने कुल कितने एलीमेंट्स है सेट च एन स्क्वायर ये पॉसिबल सबसेट्स कितने होंगे 2 रेस्ट पावर एन स्क्वायर कैन बी फॉर्म्ड आउट ऑफ ए क्रॉस समझ आ गई आंसर की बने इसका वी कैन डिफाइन 2 रेस्ट पावर एन स्क्वायर डिफरेंट रिलेशंस ऑन ए हां जी कोई डाउट है तो विच पूछ लो बेटा पहले क्वेश्चन नो सर ठीक है ये कुछ एक्स्ट्रा क्वेश्चंस हैं जो अपनी पहले वाली वीडियोस के बीच नहीं है तो ये जनरल रिजल्ट हो गया ठीक है सपोज अगर तुम कह दे पूरे तो एको ही सेट सीगा ना सेम सेट ए सीगा ये मान लो कह दे ए क्रॉस ए तो बी तक रिलेशन कितने होंगे ए ਦੇ ਵਿੱਚ m ਨੰਬਰ ਆਫ ਐਲੀਮੈਂਟਸ ਹੈ ਔਰ b ਦੇ ਵਿੱਚ n ਨੰਬਰ ਆਫ ਐਲੀਮੈਂਟਸ ਤਾਂ ਏ ਕ੍ਰਾਸ ਬੀ ਚ ਕਿੰਨੇ ਹੋਣਗੇ m ਕ੍ਰਾਸ ਹੈ ਤਾਂ ਰਿਲੇਸ਼ਨ ਕਿੰਨੇ ਬਣਨਗੇ ਪੋਸੀਬਲ 2 ਰੇਸ ਟੂ ਪਾਵਰ m ਇਨ ਇਹ ਜਨਰਲ ਰਿਜ਼ਲਟ ਹੈ ਠੀਕ ਹੈ ਤਾਂ ਇੱਕੋ ਹੀ ਸੈੱਟ ਦੇ ਕੇ ਵੀ ਪੁੱਛ ਸਕਦਾ ਤੁਹਾਨੂੰ ਕੁਐਸਚਨ ਦੋ ਡਿਫਰੈਂਟ ਸੈੱਟ ਦੇ ਕੇ ਵੀ ਪੁੱਛ ਸਕਦਾ ਨੈਕਸਟ ਇਹ ਚੀਜ਼ ਹੈਗੀ ਹੈ ਇਨਵਰਸ ਆਫ ਅ ਰਿਲੇਸ਼ਨ ਇੱਕ ਰਿਲੇਸ਼ਨ ਦਾ ਇਨਵਰਸ ਕਿਵੇਂ ਕਰਨਾ ਹੈ ਇਨਵਰਸ ਆਫ ਅ ਰਿਲੇਸ਼ਨ ਇਜ਼ ਡਿਨੋਟਡ ਬਾਈ ਆਰ ਇਨਵਰਸ ਜਿਹਨੂੰ ਆਰ ਇਨਵਰਸ ਨਾਲ ਅਸੀਂ ਡਿਨੋਟ ਕਰਦੇ ਹਾਂ ਪਹਿਲੀ ਗੱਲ ਤੇ ਇਹਦਾ ਮਤਲਬ ਕੀ ਹੈ ਇਜ਼ ਆਬਟੇਨਡ ਫਰੋਮ ਆਰ ਬਾਈ ਇੰਟਰਚੇਂਜਿੰਗ ਦਾ ਫਰਸਟ ਐਂਡ ਸੈਕੰਡ ਕੰਪੋਨੈਂਟਸ ਆਫ ਈਚ ਆਰਡਰਡ ਪੇਅਰ ਆਫ ਆਰ ਦਾ ਮਤਲਬ ਕੀ ਹੈ ਆਰ ਇਨਵਰਸ ਦੇ ਵਿੱਚ ਕੀ ਹੋਊਗਾ O वाले ऑर्डर पेयर होंगे ए बी सच दैट बी ए बिलोंग्स टू आर मतलब जेडे ऑर्डर पेयर आर दे विच है उना दा तुसी उल्ट करके आर इनवर्स लिखना आर दे विच किसी का बी कॉमा ए ए दा उल्ट करके ए बी तुसी किस दे विच लिखना आर इनवर्स ये देखो जिमे एक एग्जांपल भी सी गल करेंगे आज सपोज एग्जांपल है ए सेट 1 2 3 है आर रिलेशन दे विच ए नंबर ऑफ ए वाले एलिमेंट्स है 1 2 1 3 ता आर रिलेशन है ए क्रॉस ए दा तो आर इनवर्स केड़े एलिमेंट होए ध्यान नाल चेक करो ओरे जे 1 2 है तो ओरे की लिखा है 2 1 जे ओरे 1 3 है तो ओरे लिखा है 3 1 जे ओरे 2 3 है तो ओरे लिखा है 3 2 जे ओरे 3 2 है तो ओरे लिखा है 2 गल समझ आई सारेयां जस्ट की करना है इना नु रिवर्स कर दे तो हुन ये देखो आ वाले जेड़े एलिमेंट्स होंदे हैं ये आर दी डोमेन होंदी है ना जेड़े आगे पए होंदे हैं हुन ये जेड़े आगे सी एलिमेंट आर इनवर्स दे ये एलिमेंट सारे किथे चले गए पीछे चले गए ਤਾਂ ਇਹਦਾ ਮਤਲਬ ਜਿਹੜੀ ਰੇਂਜ ਤੇ ਜਿਹੜੀ ਡੋਮੇਨ ਆ ਉਹ ਇੰਟਰਚੇਂਜ ਹੋ ਗਈ ਆਪਸ ਠੀਕ ਹੈ ਤਾਂ ਉਰੇ ਜਿਹੜੀ ਡੋਮੇਨ ਸੀ ਉੱਥੇ ਰੇਂਜ ਬਣ ਗਈ ਔਰ ਜਿਹੜੀ ਉਰੇ ਰੇਂਜ ਹੈ ਉਹ ਉਰੇ ਡੋਮੇਨ ਬਣ ਗਈ ਤਾਂ ਹੀ ਕਰਕੇ ਕੀ ਲਿਖਿਆ ਡੋਮੇਨ ਆਫ ਆਰ ਇਨਵਰਸ ਇਜ਼ ਰੇਂਜ ਆਫ ਆਰ ਐਂਡ ਰੇਂਜ ਆਫ ਆਰ ਇਨਵਰਸ ਇਜ਼ ਡੋਮੇਨ ਹਾਂਜੀ ਕੋਈ ਡਾਊਟ ਇਹਦੇ ਵਿੱਚ ਸਾਰਿਆਂ ਨੂੰ ਪਹਿਲੇ ਡੈਫੀਨੇਸ਼ਨ ਨਹੀਂ ਸਰ ਠੀਕ ਹੈ ਤਾਂ ਜੇ ਮੰਨ ਲਓ ਦੋ ਸੈੱਟ ਡਿਫਰੈਂਟ ਹੋਣਗੇ ਤੇ ਜੇ ਆਰ ਅਸੀਂ ਕਹਿ ਰਹੇ ਹਾਂ A ਟੂ B ਹੈ आर इनवर्स की होएगा फ्रॉम बी टू उरे दा सेट क्योंकि सेम ही सीगा ना इको ही सेट सीगा तो आर भी ए क्रॉस ए दे ऊपर बनेगा तो आर इनवर्स भी ए टू ए ही बनेगा ठीक है
ये दोनों डिफरेंट सेट होंगे तो आर होएगा ए क्रॉस बी का सबसेट, आर इनवर्स की का होएगा बी क्रॉस ए का सबसेट, क्योंकि बी के एलिमेंट्स आगे लिखे गए ए के एलिमेंट्स पीछे, ये जनरली ठीक है जी। क्लियर है सारे? एनीवन डाउट? नो सर। सर ਹੁਣ ਇੱਕ ਇਹੋ ਜਿਹੇ ਕੁਐਸਚਨ ਆਉਂਦੇ ਆ ਉਰੇ, ਇਹਦੇ ਨਾਲ ਦਾ ਮੈਂ ਇੱਕੋ ਹੀ ਡਿਸਕਸ ਕਰੂੰਗਾ, ਬਾਕੀ ਇਹੋ ਜਿਹੇ ਤੁਹਾਡੇ ਬੁੱਕ ਦੇ ਵਿੱਚ ਹੋਰ ਵੀ ਬਥੇਰੇ ਮਿਲ ਜਾਣਗੇ। ਕਹਿੰਦਾ ਗਿਵ ਐਨ ਐਗਜ਼ਾਮਪਲ ਆਫ ਅ ਰਿਲੇਸ਼ਨ ਵਿਚ ਇਜ਼ ਟ੍ਰਾਂਸਿਟਿਵ ਬਟ ਨਾਈਦਰ ਰਿਫਲੈਕਸਿਵ ਨੋਰ ਸਿਮੈਟ੍ਰਿਕ ਨੋਰ ਐਂਟੀਸਿਮੈਟ੍ਰਿਕ। ਕੋਈ ਐਸਾ ਰਿਲੇਸ਼ਨ ਜਿਹੜਾ ਸਿਰਫ ਟ੍ਰਾਂਸਿਟਿਵ ਹੋਵੇ, ਨਾ ਤਾਂ ਉਹ ਰਿਫਲੈਕਸਿਵ ਹੋਵੇ, ਨਾ ਉਹ ਸਿਮੈਟ੍ਰਿਕ ਹੋਵੇ, ਨਾ ਉਹ ਐਂਟੀਸਿਮੈਟ੍ਰਿਕ। ਤਾਂ ਐਸਾ ਰਿਲੇਸ਼ਨ ਤੁਸੀਂ ਐਗਜ਼ਾਮਪਲ ਕ੍ਰੀਏਟ ਕਰਨਾ, ਤਾਂ ਹਮੇਸ਼ਾ ਇਹੋ ਜਿਹੀ ਐਗਜ਼ਾਮਪਲ ਤੁਸੀਂ ਸਿੰਪਲ ਜਿਹਾ ਰਿਲੇਸ਼ਨ ਬਣਾ ਕੇ ਕੰਸਟਰਕਟ ਕਰਕੇ ਦਿਆ ਕਰਨੀ। ਜਿਵੇਂ ਏ ਦੇ ਵਿੱਚ ਅਸੀਂ ਲੈ ਲਏ 1 2 3, ए क्रॉस ए सारे का सारा लिख लिया पहले, तो ए आ गया। हुण एदे विचों सिलेक्ट कर लो वो वाले एलीमेंट जिन्हां नाल है सारियां गल्लां अपनियां पूरियां होंदियां। पहली गल उहने कहा ट्रांजिटिव होवे, रिफ्लेक्सिव ना होवे। रिफ्लेक्सिव होण दे लई किहनूं किहनूं लैणा जरूरी होंदा? 1 1 2 2 3 3। तां इहनां विचों एटलीस्ट एक पेयर तुसीं छड्ड दो। आ देखो मैंने तां ही आर दे विच 1 1 लै लिया, 2 2 लै लिया, 3 3 लिता, तां रिफ्लेक्सिव नाइदर ए हो गया नॉर सिमेट्रिक। सिमेट्रिक दे लई की जरूरी हुंदा है कि जे 1 2 लिता तां 2 1, ठीक है 1 2 2 1 ले लिया। बट होर देखो 1 3 लिता तां मैं 3 1 लिता, एदा मतलब आ भी कंडीशन सही होगी, इट इज नॉट सिमेट्रिक। एंटी सिमेट्रिक की कहंदा सीगा कि जे 1 2 लिता है तां 2 1 नहीं लेना, बट 2 1 असीं लिता है तां एंटी सिमेट्रिक भी इह नहीं है। ते हुण की चेक करना, सिर्फ की होवे इह ट्रांजिटिव। ते ट्रांजिटिव देखो किवें बनदा पिया, 1 2 2 1 दे नाल ए छड़ के की बचेगा 1 1 हैगा, ते जेन उल्टा लिख लिए 2 1 1 2 की बचेगा 2 2 भी हैगा। समझ आ रही है मेरी गल सारे? ते इना विच भी ट्रांसिटिविटी चेक करो, 2 1 ते 1 3 की बचेगा 2 3 भी हैगा। सो इट इज ओनली ए ट्रांजिटिव रिलेशन बट नाइदर रिफ्लेक्सिव नॉर सिमेट्रिक नॉर एंटीसिमेट्रिक। तुहाडे माइंड च कोई होर एग्जांपल आंदी है, कोई होर भी क्रिएट कर सकते, मतलब कह तो मैं तुम्हें जस्ट ये दसना सी इस टाइप के क्वेश्चन भी पेपर से पूछे जाते हैं और थोड़ी बुक च भी हो। गल क्लियर होगी सारे? तुम बस ए क्रॉस ए बना लो, इस तरह देख लो कि सुटेबल एलीमेंट्स अच्छी लगे। एनी डाउट? नो सर। ठीक है, इस तरह तुम इन फिर एक्सप्लेन कर कि वाई इट इज ट्रांजिटिव एंड वाई इट इज नॉट रिफ्लेक्सिव, वाई इट इज नॉट सिमेट्रिक एंड वाई इट इज नॉट एंटीसिमेट्रिक। इस तरह सारा सोल्यूशन लिखा है। समझ लग गई गल सारे? जेडी जेडी गल्ला उन्हें कई पूछिया ने सारी जस्टिफाई करके लिख दिया। हुण नेक्स्ट ए भी इंपॉर्टेंट क्वेश्चन है, कहिंदा आर एंड एस आर सिमेट्रिक रिलेशंस ऑन द सेट ए, देन आर इंटरसेक्शन एस इज आल्सो सिमेट्रिक। ये दसना द इंटरसेक्शन दा मतलब की हुंदा? कॉमन एलिमेंट्स। ठीक है, आर ते एस दी सिमेट्रिक रिलेशंस है, तो पहली गल की होगी अगर एक्स वाई आर नू बिलोंग करता है तो नाल दी नाल वाई एक्स भी आर नू बिलोंग करेगा, क्योंकि आर इज सिमेट्रिक। सिमिलरली एस दे विच ए गिवन हो गया, ठीक है आर एंड एस आर सिमेट्रिक। वी हैव टू प्रूव आर इंटरसेक्शन एस इज आल्सो सिमेट्रिक। तो जे नू सिमेट्रिक प्रूव करना है, एदा एक आर्बिट्ररी एलिमेंट ले लिया एक्स वाई, एक्स कॉमा वाई बिलोंग्स टू आर इंटरसेक्शन एस, बी एनी एलिमेंट। ते फिर हुण जेकर इह एलिमेंट असीं लिता हैगा इसके लिए मतलब ये वाला जो एलीमेंट है, ये वाला जो एलीमेंट है साढ़े को एक्स वाई बिलोंग्स टू आर इंटरसेक्शन एस, ये एलीमेंट कॉमन हो गया ना, तो ये आर नू भी बिलोंग करेगा ते एस नू भी बिलोंग करेगा। समझ आ रही है मेरी गल सारे? क्योंकि आर इंटरसेक्शन एस टू सिमेट्रिक प्रूव करना है, तो इस करके इसको एक्स वाई लिखता है, तो टू प्रूव करके देना कि वाई कॉमा एक्स है जो भी आर इंटरसेक्शन एस नू बिलोंग करता है। ਹੁਣ ਜੇ ਐਲੀਮੈਂਟ ਆਰ ਇੰਟਰਸੈਕਸ਼ਨ ਐਸ ਦੇ ਵਿੱਚ ਹੈ ਤਾਂ ਇਹਦਾ ਮਤਲਬ ਆਰ ਦੇ ਵਿੱਚ ਵੀ ਹੈ ਤੇ ਐਸ ਦੇ ਵਿੱਚ। ਤੇ ਜੇ ਇਹ ਆਰ ਦੇ ਵਿੱਚ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ? ਵਾਈ ਐਕਸ ਵੀ ਹੋਏਗਾ ਆਰ, ਕਿਉਂਕਿ ਆਰ ਸਿਮੈਟ੍ਰਿਕ ਹੈ। ਇਸੇ ਤਰ੍ਹਾਂ ਜੇ ਐਕਸ ਵਾਈ ਐਸ ਦੇ ਵਿੱਚ ਹੈ ਤਾਂ ਵਾਈ ਐਕਸ ਵੀ ਹੋਏਗਾ ਐਸ ਦੇ ਵਿੱਚ, ਕਿਉਂਕਿ ਐਸ ਵੀ ਸਿਮੈਟ੍ਰਿਕ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ? ਵਾਈ ਐਕਸ ਆਰ ਦੇ ਵਿੱਚ ਵੀ ਹੈ, ਵਾਈ ਐਕਸ ਐਸ ਦੇ ਵਿੱਚ ਵੀ ਹੈ, ਇਹਦਾ ਮਤਲਬ ਵਾਈ ਐਕਸ ਕਿਹਦੇ ਵਿੱਚ ਪਹੁੰਚ ਗਿਆ? ਇੰਟਰਸੈਕਸ਼ਨ। ਸੋ ਐਕਸ ਵਾਈ ਬਿਲੋਂਗਸ ਟੂ ਇੰਟਰਸੈਕਸ਼ਨ ਇੰਪਲਾਈਜ਼ ਵਾਈ ਐਕਸ ਬਿਲੋਂਗਸ ਟੂ ਇੰਟਰਸੈਕਸ਼ਨ। Hence, R intersection S is Smith. कोई डाउट बेटा इस चीज़? Anyone? कोई डाउट है तो पूछ लो। नहीं सर। ठीक है, समझ आ गया?
ਜੀ ਇਸੇ ਤਰ੍ਹਾਂ ਐਗਜ਼ਾਮਪਲ ਹੈਗੀ ਹੈ ਰਿਫਲੈਕਸਿਵ ਬਿੱਲ ਹੋਪ ਸੋ ਤੁਸੀਂ ਕਰ ਲਓਗੇ ਇਹਨੂੰ ਈਜ਼ੀਲੀ ਠੀਕ ਹੈ ਆ ਦੇਖੋ ਕਿ ਜੇ ਆਰ ਆਰ ਤੇ ਐਸ ਰਿਫਲੈਕਸਿਵ ਹੈ ਤਾਂ ਆਰ ਇੰਟਰਸੈਕਸ਼ਨ ਇਸ ਵੀ ਰਿਫਲੈਕਸਿਵ ਹੈ ਆਰ ਤੇ ਐਸ ਅਗਰ ਰਿਫਲੈਕਸਿਵ ਹੈ ਆਰ ਰਿਫਲੈਕਸਿਵ ਹੈ ਦਾ ਮਤਲਬ ਆਰ ਨੂੰ ਹਮੇਸ਼ਾ ਐਕਸ ਕੋਮਾ ਐਕਸ ਬਿਲੋਂਗ ਕਰ ਰਿਹਾ ਐਸ ਵੀ ਰਿਫਲੈਕਸਿਵ ਹੈ ਦਾ ਮਤਲਬ ਐਕਸ ਕੋਮਾ ਐਕਸ ਵੀ ਬਿਲੋਂਗ ਕਰ ਰਿਹਾ ਐਸ ਨੂੰ ਤਾਂ ਇਹਦਾ ਮਤਲਬ ਜੇ ਦੋਵਾਂ ਨੂੰ ਕਰ ਰਿਹਾ ਤਾਂ ਇਹਦਾ ਮਤਲਬ ਇੰਟਰਸੈਕਸ਼ਨ ਨੂੰ ਕਰ ਰਿਹਾ ਥੈਰਫੋਰ ਇੰਟਰਸੈਕਸ਼ਨ ਇਜ਼ ਆਲਸੋ ਠੀਕ ਹੈ ਤੇ ਅਗਲੇ ਆ ਗਈ ਗੱਲ ਟ੍ਰਾਂਸਿਟਿਵਿਟੀ ਦੀ ਆਰ ਤੇ ਐਸ ਅਗਰ ਟ੍ਰਾਂਸਿਟਿਵ ਹੈ ਤਾਂ ਇੰਟਰਸੈਕਸ਼ਨ ਐਸ ਵੀ ਕੀ ਹੋਏਗਾ ਟ੍ਰਾਂਸਿਟਿਵ ਤਾਂ ਜੇ ਦੋਵੇਂ ਟ੍ਰਾਂਸਿਟਿਵ ਹੈ ਹੁਣ ਅਸੀਂ ਇੰਟਰਸੈਕਸ਼ਨ ਐਸ ਨੂੰ ਟ੍ਰਾਂਸਿਟਿਵ ਪ੍ਰੂਫ ਕਰਨਾ ਹੈ ਟ੍ਰਾਂਸਿਟਿਵ ਲਈ ਕੀ ਲੈ ਕੇ ਚੱਲਾਂਗੇ ਐਕਸ ਵਾਈ ਐਂਡ ਵਾਈ ਜ਼ੈਡ ਤੇ 2 ਪ੍ਰੂਫ ਹੋ ਗਿਆ ਐਕਸ ਕਮਾ ਜ਼ੈਡ 2 ਪ੍ਰੂਫ ਬਣੇਗਾ ਹੀ ਕਿ ਐਕਸ ਕਮਾ ਜ਼ੈਡ ਜਿਹੜਾ ਹੈਗਾ ਇਹ ਵੀ ਬਿਲੋਂਗ ਕਰੇਗਾ ਆਰ ਇੰਟਰਸੈਕਸ਼ਨ ਐਸ ਇਹ 2 ਪ੍ਰੂਫ ਹੁਣ ਜੇ ਐਕਸ ਵਾਈ ਤੇ ਵਾਈ ਜ਼ੈਡ ਆਰ ਇੰਟਰਸੈਕਸ਼ਨ ਦੇ ਵਿੱਚ ਆਦਾ ਮਤਲਬ ਆਰ ਦੇ ਵਿੱਚ ਵੀ ਹੋਣਗੇ ਤੇ ਐਸ ਦੇ ਵਿੱਚ ਵੀ ਹੋਣਗੇ ਠੀਕ ਹੈ ਹੁਣ ਆਰ ਕਿਉਂਕਿ ਟ੍ਰਾਂਸਿਟਿਵ ਹੈ ਐਕਸ ਵਾਈ ਵਾਈ ਜ਼ੈਡ ਬਿਲੋਂਗਸ ਟੂ ਆਰ ਇੰਪਲਾਈਜ਼ ਐਕਸ ਜ਼ੈਡ ਬਿਲੋਂਗਸ ਟੂ ਆਰ ਐਂਡ ਸਿਮਿਲਰਲੀ ਐਕਸ ਵਾਈ ਵਾਈ ਜ਼ੈਡ ਬਿਲੋਂਗਸ ਟੂ ਐਸ ਇੰਪਲਾਈਜ਼ ਐਕਸ ਜ਼ੈਡ ਬਿਲੋਂਗਸ ਟੂ ਐਸ ਸਮਝ ਆ ਗਈ ਗੱਲ ਸਾਰਿਆਂ ਨੂੰ ਕਿ ਆਰ ਟ੍ਰਾਂਸਿਟਿਵ ਹੈ ਤੇ ਐਸ ਵੀ ਟ੍ਰਾਂਸਿਟਿਵ ਤਾਂ ਇਸ ਕਰਕੇ ਇਹ ਵਾਲਾ ਐਲੀਮੈਂਟ ਦੋਵਾਂ ਵਿੱਚ ਹੋਏਗਾ ਇਹ ਦੋਵਾਂ ਚ ਇਹਦਾ ਮਤਲਬ ਜੇ ਦੋਵਾਂ ਚ ਹੈ ਤਾਂ ਇਹਦਾ ਮਤਲਬ ਇਹ ਇੰਟਰਸੈਕਸ਼ਨ ਦੇ ਵਿੱਚ ਦੈਟਸ ਵਾਈ ਇੰਟਰਸੈਕਸ਼ਨ ਇਸ ਟ੍ਰਾਂਸਿਟਿਵ ਠੀਕ ਹੈ ਜੀ ਸਮਝ ਆ ਗਈ ਗੱਲ ਸਾਰਿਆਂ ਨੂੰ ਤਾਂ ਜੇ ਆਰ ਤੇ ਐਸ ਰਿਫਲੈਕਸਿਵ ਹੈ ਸਿਮੈਟ੍ਰਿਕ ਹੈ ਟ੍ਰਾਂਸਿਟਿਵ ਹੈ ਤਾਂ ਇੰਟਰਸੈਕਸ਼ਨ ਵੀ ਕੀ ਹੋਏਗੀ ਰਿਫਲੈਕਸਿਵ ਸਿਮੈਟ੍ਰਿਕ ਟ੍ਰਾਂਸਿਟਿਵ ਅਕੋਰਡਿੰਗ ਇਹਦਾ ਮਤਲਬ ਇਹਨਾਂ ਤਿੰਨੋਂ ਐਗਜ਼ਾਮਪਲਸ ਦੇ ਵਿੱਚੋਂ ਫਾਈਨਲੀ ਰਿਜ਼ਲਟ ਕੀ ਨਿਕਲ ਕੇ ਆਇਆ ਇਫ ਆਰ ਐਂਡ ਐਸ ਆਰ ਇਕਵੈਲੈਂਸ ਰਿਲੇਸ਼ਨਸ ਦੈਨ ਇੰਟਰਸੈਕਸ਼ਨ ਐਸ ਇਜ਼ ਆਲਸੋ ਐਨ ਇਕਵੈਲੈਂਸ ਰਿਲੇਸ਼ਨ ਐਨੀ ਡਾਊਟ ਬੇਟਾ ਕਿਸੇ ਨਹੀਂ ਨੋ ਸਰ ਠੀਕ ਹੈ ਬਟ ਹੁਣ ਜੇ ਇੰਟਰਸੈਕਸ਼ਨ ਦੀ ਥਾਂ ਲੈ ਲਈਏ ਯੂਨੀਅਨ ਦੈਨ ਯੂਨੀਅਨ ਬਾਰੇ ਗੱਲ ਹੈ ਮੇ ਔਰ ਮੇ ਨਾਟ ਯੂਨੀਅਨ ਇਜ਼ ਨਾਟ ਨੈਸੈਸਰਲੀ ਐਨ ਇਕਵੈਲੈਂਸ ਰਿਲੇਸ਼ਨ ਯੂਨੀਅਨ ਦੇ ਬਾਰੇ ਇਹ ਗੱਲ ਹੁੰਦੀ ਹੈ ਕਿ ਜੇ ਆਰ ਰਿਫਲੈਕਸਿਵ ਹੈ ਐਸ ਰਿਫਲੈਕਸਿਵ ਹੈ ਤਾਂ ਯੂਨੀਅਨ ਰਿਫਲੈਕਸਿਵ ਹੋਊਗੀ ਆਰ ਸਿਮੈਟ੍ਰਿਕ ਹੈ ਐਸ ਸਿਮੈਟ੍ਰਿਕ ਹੈ ਤਾਂ ਯੂਨੀਅਨ ਸਿਮੈਟ੍ਰਿਕ ਹੋਊਗੀ ਪ੍ਰੋਬਲਮ ਇਸ ਚ ਆਉਂਦੀ ਹੁੰਦੀ ਹੈ ਹਮੇਸ਼ਾ ਟ੍ਰਾਂਸਿਟਿਵਿਟੀ ਦੀ ਜਿਵੇਂ ਆਰ ਰਿਲੇਸ਼ਨ ਮੈਨੇ ਆ ਲਿਖਤਾ ਐਸ ਏ ਵਾਲਾ ਲਿਖਤਾ ਠੀਕ ਹੈ ਕੋਈ ਵੀ ਮੈਨੇ ਆ ਦੇਖੋ ਆਰ ਜਿਹੜਾ ਹੈਗਾ ਕਿਉਂਕਿ ਇਕਵੈਲੈਂਸ ਲੈਣਾ ਸੀ ਨਾ ਤਾਂ ਚੈੱਕ ਕਰੋ ਰਿਫਲੈਕਸਿਵ ਰੱਖ ਲਿਆ ਸਿਮੈਟ੍ਰਿਕ ਵੀ ਰੱਖ ਲਿਆ 1 2 ਹੈ ਤਾਂ 2 1 ਹੈ ਟ੍ਰਾਂਸਿਟਿਵਿਟੀ ਐਨਐਸ ਬਣਾ ਕੇ ਦੇਖ ਲਓ 1 2 2 1 1 1 ਬਚੇਗਾ ਜਾਂ 2 2 ਉਹ ਹੈਗੇ ਦੋ ਇਸ ਤਰ੍ਹਾਂ ਐਸ ਦੇ ਵਿੱਚ 2 3 3 2 ਲੈ ਲਿਆ ਠੀਕ ਹੈ ਤਾਂ ਇਹ ਦੋਵੇਂ ਇਕਵੈਲੈਂਸ ਹੈ ਬਟ ਇਹਨਾਂ ਦੀ ਯੂਨੀਅਨ ਕਰਕੇ ਦੇਖੋ ਇਹ ਆਏਗਾ ਆਰ ਯੂਨੀਅਨ ਐਸ ਕੰਬਾਈਨ ਕਰਨਾ ਯੂਨੀਅਨ ਦਾ ਮਤਲਬ ਤਾਂ ਹੁਣ ਇਸ ਪ੍ਰੋਬਲਮ ਕਿੱਥੇ ਹੈ ਦੇਖੋ 1 2 2 3 ट्रांसिटिविटी ਦੇ ਲਈ ਕੀ ਚਾਹੀਦਾ ਸੀਗਾ 1 ਉਹ ਹੈ ਨਹੀਂ देयरफॉर इट इज नॉट ए ट्रांसिटिविटी हेंस यूनियन इज नॉट एन इक्विवेलेंस रिलेशन समझ ਆ ਗਈ ਗੱਲ ਸਾਰਿਆਂ ਨੂੰ ਤਾਂ ਇੰਟਰਸੈਕਸ਼ਨ ਇਕਵੈਲੈਂਸ ਰਿਲੇਸ਼ਨਸ ਦੀ ਇਕਵੈਲੈਂਸ ਹੁੰਦੀ ਹੈ ਬਟ ਯੂਨੀਅਨ ਜਿਹੜੀ ਹੈ ਉਹ ਮੇ ਔਰ ਮੇ ਇੱਕ ਐਗਜ਼ਾਮਪਲ ਇਹ ਹੈ ਕਿ ਇਹ ਵੀ ਬੜੀ ਈਜ਼ੀ ਹੈ ਦੋ ਐਲੀਮੈਂਟਸ ਤਾਂ ਹੀ ਰਿਲੇਟ ਕਰਨੇ ਇਫ a minus b ਇਜ਼ ਆਡ ਇੰਟੀਜਰ ਬਣੇਗਾ ਬਟ ਜੇ ਤੁਸੀਂ ਚੈੱਕ ਕਰੋ ਰਿਫਲੈਕਸਿਵ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ a minus a ਜਦ ਤੁਸੀਂ ਕਰਦੇ ਹੋ ਤਾਂ ਆਨਸਰ ਕੀ ਆਉਂਦਾ ਹੈ 0 ਬਟ 0 ਇਜ਼ ਨਾਟ ਐਨ ਆਡ ਇੰਟੀਜਰ ਵਿਚ ਇਜ਼ ਨਾਟ ਹੈਂਸ ਇਟ ਇਜ਼ ਨਾਟ ਰਿਫਲੈਕਸਿਵ ਥੈਰਫੋਰ ਇਟ ਇਜ਼ ਨਾਟ ਇਕਵੈਲੈਂਸ ਸਮਝ ਆਈਆਂ ਐਗਜ਼ਾਮਪਲ ਸਾਰਿਆਂ ਨੂੰ ਬੇਟਾ ਹਾਂਜੀ ਸਰ ਆ ਗਈ ਠੀਕ ਹੈ ਇਹ ਇਹਦੇ ਨਾਲ ਦੇ ਕੁਐਸਚਨਸ ਹੁਣ ਤੁਸੀਂ ਕਰ ਲੈਣੇ ਹੁਣ ਮੇਰੇ ਵੱਲੋਂ ਇਕਵੈਲੈਂਸ ਰਿਲੇਸ਼ਨਸ ਵਾਲਾ ਟੌਪਿਕ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਾ ਠੀਕ ਹੈ ਕੱਲ ਤੋਂ ਮੈਂ ਪਾਰਸ਼ੀਅਲ ਆਰਡਰ ਰਿਲੇਸ਼ਨਸ ਜਿਹੜਾ ਟੌਪਿਕ ਉਹ ਸਟਾਰਟ ਕਰਾਂਗਾ ਓਕੇ ਬੇਟਾ ਠੀਕ ਸਮਝ ਆ ਗਈ ਸਰ